ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੌੜੀ ਰਾਗ ਦੇ ਵਿੱਚ ਇੱਕ ਪਾਵਨ ਬਚਨ ਆਖਦੇ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨ੍ਹਾਂ ਜਿੱਠਾ ਤਿਨ੍ਹਾਂ ਲਏ ਛਡਾਏ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਕੁੱਲ ਕਿਹੜੀ ਹੈ ਜਿਹੜੀ ਧੰਨਤਾ ਦੇ ਯੋਗ ਹੈ? ਉਹ ਮਾਤਾ ਪਿਤਾ ਕੌਣ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ? ਥੋੜ੍ਹਾ ਜਿਹਾ ਪਜੂਕੜ ਅਸੀਂ ਜਦੋਂ ਵੇਖਦੇ ਹਾਂ ਇਤਿਹਾਸ ਦੇ ਵਿੱਚ ਜਿਹੜੇ ਜ਼ਿਕਰ ਆਉਂਦਾ ਨਾਵਾਂ ਦਾ, ਅੱਜ ਦੀ ਭੂਗੋਲਿਕ ਸਥਿਤੀ ਦੇ ਅਨੁਸਾਰ ਅੰਮ੍ਰਿਤਸਰ ਸ਼ਹਿਰ ਤੇ ਸਟੀਲ ਤਰਨ ਤਾਰਨ, ਉਸ ਦੇ ਵਿੱਚ ਇੱਕ ਪਿੰਡ ਹੈ ਪੱਠੇ ਪਿੰਡ। ਪੱਠੇ ਪਿੰਡ ਪਿੰਡ ਦੇ ਵਿੱਚ ਦਰਮਿਆਨੀ ਜੀ ਹਾਲਾਤ ਦੇ ਰਹਿਣ ਵਾਲੇ ਬਾਬਾ ਰਾਮ ਨਾਰਾਇਣ ਜੀ, ਬਾਬਾ ਰਾਮ ਨਾਰਾਇਣ ਜੀ ਦੇ ਘਰ 1418 ਦੇ ਵਿੱਚ ਇੱਕ ਪੁੱਤ ਦਾ ਜਨਮ ਹੁੰਦਾ ਹੈ। ਉਹਦਾ ਨਾਮ ਰੱਖਿਆ ਜਾਂਦਾ ਹੈ ਸ਼ਿਵ ਰਾਮ। ਬਾਬਾ ਸ਼ਿਵ ਰਾਮ ਜਦੋਂ ਵੱਡੇ ਹੁੰਦੇ ਨੇ 1431 ਦੇ ਵਿੱਚ ਉਹਨਾਂ ਦੀ ਸ਼ਾਦੀ ਮਾਤਾ ਬਨਾਰਸੀ ਜੀ ਦੇ ਨਾਲ ਹੁੰਦੀ ਹੈ ਔਰ ਇਹਨਾਂ ਦੇ ਘਰ ਦੋ ਪੁੱਤ ਪੈਦਾ ਹੁੰਦੇ ਨੇ। 1440 ਦੇ ਵਿੱਚ ਇੱਕ ਪੁੱਤਰ ਪੈਦਾ ਹੁੰਦਾ ਜਿਹਦਾ ਨਾਮ ਕਲਿਆਣ ਦਾਸ ਰੱਖਿਆ ਜਾਂਦਾ ਹੈ ਤੇ ਦੂਜੇ ਪੁੱਤ ਦਾ ਨਾਮ ਲਾਲੂ ਜੀ ਰੱਖਿਆ ਜਾਂਦਾ ਹੈ। ਜਦੋਂ ਕਲਿਆਣ ਦਾਸ, ਜਿਹਨਾਂ ਨੂੰ ਆਪਾਂ ਮਹਿਤਾ ਕਾਲੂ ਜੀ ਵੀ ਕਹਿੰਦੇ ਹਾਂ, ਜਦੋਂ ਉਹ ਵੱਡੇ ਹੋਏ ਨੇ ਰੋਜ਼ਗਾਰ ਦੀ ਭਾਲ ਦੇ ਵਾਸਤੇ ਇੱਕ ਦਿਨ ਲਾਹੌਰ ਆਉਂਦੇ ਨੇ। ਲਾਹੌਰ ਦੇ ਵਿੱਚ ਉਹਨਾਂ ਦੀ ਮੁਲਾਕਾਤ ਰਾਏ ਬੁਲਾਰ ਦੇ ਨਾਲ ਹੁੰਦੀ ਹੈ। ਰਾਏ ਬੁਲਾਰ ਦਾ ਪਿਤਾ ਰਾਏ ਭੋਏ, ਜਿਹੜਾ ਕਿ ਪਹਿਲਾਂ ਰਾਜਪੂਤ ਘਰਾਣੇ ਭੱਟੀ ਪਰਿਵਾਰ ਦੇ ਵਿੱਚੋਂ ਸੀ ਪਰ ਸਮਾਂ ਪਾ ਕੇ ਮੁਸਲਮਾਨ ਹੋ ਗਿਆ, ਇਹਨਾਂ ਨੂੰ 10 ਪਿੰਡਾਂ ਦੀ ਜਗੀਰ ਮਿਲੀ। ਉਹ ਪਿੰਡ ਇਹਨਾਂ ਨੇ ਆਬਾਦ ਕੀਤੇ ਤੇ ਉਹਦਾ ਨਾਮ ਰਾਏ ਭੋਏ ਕੀ ਤਲਵੰਡੀ ਪੈ ਗਿਆ। ਰਾਏ ਭੋਏ ਤੇ ਚੜ੍ਹਾਈ ਕਰ ਚੁੱਕਿਆ ਸੀ ਪਰ ਰਾਏ ਬੁਲਾਰ ਉੱਥੋਂ ਦਾ ਮਾਲਕ ਹੈ ਤੇ ਕਲਿਆਣ ਚੰਦ ਜੀ ਨੂੰ, ਮਹਿਤਾ ਕਾਲੂ ਜੀ ਨੂੰ ਚੰਗਾ ਪੜ੍ਹਿਆ ਲਿਖਿਆ ਜਾਣ ਕਰਕੇ, ਵਿਦਵਾਨ ਜਾਣ ਕੇ ਉਹਨਾਂ ਨੂੰ ਆਪਣੇ ਕੋਲ ਉਹਨਾਂ ਨੇ ਪਟਵਾਰੀ ਦੀ ਨੌਕਰੀ ਦੇ ਦਿੱਤੀ। ਸਮਾਂ ਪਾ ਕੇ ਮਹਿਤਾ ਕਾਲੂ ਜੀ ਦੀ ਸ਼ਾਦੀ ਮਾਤਾ ਤ੍ਰਿਪਤਾ ਜੀ ਦੇ ਨਾਲ ਹੁੰਦੀ ਹੈ। ਜਦੋਂ ਮਾਤਾ ਤ੍ਰਿਪਤਾ ਜੀ ਦਾ ਪਿਛੋਕੜ ਵੇਖਦੇ ਹਾਂ, ਜਾਂ ਦੂਜੇ ਸ਼ਬਦਾਂ ਵਿੱਚ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੁੱਲ ਦੇ ਵਿੱਚ ਨਾਨਕਾ ਪਰਿਵਾਰ ਵੇਖਦੇ ਹਾਂ, ਲਾਹੌਰ ਦਾ ਇੱਕ ਪਿੰਡ ਹੈ ਪਿੰਡ ਚਾਹਲ। ਪਿੰਡ ਚਾਹਲ ਦੇ ਵਿੱਚ ਰਹਿਣ ਵਾਲੇ ਭਾਈ ਰਾਮਾ ਜੀ ਤੇ ਮਾਤਾ ਸਭਰਾਈ ਜੀ, ਉਹਨਾਂ ਦੇ ਘਰ 3 ਜੀ ਪੈਦਾ ਹੋਏ। ਪਹਿਲੇ ਨੰਬਰ ਤੇ ਮਾਤਾ ਤ੍ਰਿਪਤਾ ਜੀ, ਫਿਰ ਭਾਈ ਕ੍ਰਿਸ਼ਨਾ ਜੀ ਤੇ ਤੀਸਰੇ ਨੰਬਰ ਤੇ ਬੀਬੀ ਲੱਖੋ ਜੀ।
ਮਾਤਾ ਤ੍ਰਿਪਤਾ ਜੀ ਦੀ ਸ਼ਾਦੀ ਮਹਿਤਾ ਕਾਲੂ ਜੀ ਦੇ ਨਾਲ ਹੁੰਦੀ ਹੈ ਤੇ ਉਹਨਾਂ ਦੇ ਘਰ ਸਭ ਤੋਂ ਪਹਿਲਾਂ ਇੱਕ ਬੇਟੀ ਦਾ ਜਨਮ ਹੁੰਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਤੇ ਅੱਜ ਵੀ ਕਿਤੇ ਕਿਤੇ ਰੀਤ ਹੈ ਵੀ ਜੋ ਇਹਨਾਂ ਦਾ ਸਮਾਂ ਬਣਦਾ ਹੈ ਤੇ ਬੱਚੀ ਆਪਣੇ ਪੇਕੇ ਪਰਿਵਾਰ ਵਿੱਚ ਚਲੀ ਜਾਂਦੀ ਹੈ, ਕਿਉਂਕਿ ਜਿੰਨਾ ਕੁ ਉਹ ਆਪਣਾ ਦੁੱਖ ਸੁੱਖ ਆਪਣੀ ਮਾਂ ਨੂੰ ਦੱਸ ਸਕਦੀ ਹੈ ਸ਼ਾਇਦ ਹੋਰ ਕਿਸੇ ਨੂੰ ਨਾ ਦੱਸ ਸਕਦੀ ਹੋਵੇ। ਤੇ ਉਸ ਵਕਤ ਮਾਤਾ ਤ੍ਰਿਪਤਾ ਜੀ ਵੀ ਪਿੰਡ ਚਾਹਲ ਦੇ ਵਿੱਚ ਆ ਗਏ ਤੇ ਇੱਥੇ ਰਹਿੰਦਿਆਂ ਬੱਚੀ ਦਾ ਜਨਮ ਹੁੰਦਾ, ਪੇਕੇ ਪਰਿਵਾਰ ਨਾਨਕੇ ਪਰਿਵਾਰ ਦੇ ਵਿੱਚ ਉਹਦਾ ਜਨਮ ਹੋਇਆ ਤੇ ਨਾਨਕਿਆਂ ਨੂੰ ਬੜੀ ਪਿਆਰੀ ਲੱਗੀ ਬੱਚੀ ਤੇ ਉਹਦਾ ਨਾਮ ਵੀ ਨਾਨਕੀ ਜਿਹੜਾ ਹੈ ਉਹ ਰੱਖ ਦਿੱਤਾ। ਹੁਣ ਹਰ ਇੱਕ ਘਰ ਦੀ ਤਮੰਨਾ ਹੁੰਦੀ ਹੈ ਵੀ ਜੇ ਕਿਸੇ ਦੇ ਘਰ ਪਹਿਲਾ ਬੇਟਾ ਪੈਦਾ ਹੋ ਜਾਏ ਤੇ ਉਹ ਚਾਹੁੰਦਾ ਵੀ ਹੁਣ ਇੱਕ ਬੇਟੀ ਪੈਦਾ ਹੋ ਜਾਏ, ਜੇ ਪਹਿਲਾਂ ਬੇਟੀ ਪੈਦਾ ਹੋ ਜਾਏ ਤੇ ਫਿਰ ਚਾਹੁੰਦਾ ਹੈ ਵੀ ਹੁਣ ਇੱਕ ਬੇਟਾ ਪੈਦਾ ਹੋ ਜਾਏ। ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਨੂੰ ਵੀ ਇੱਕੋ ਹੀ ਇਹੀ ਸਿੱਖ ਹੈ, ਚਾਹਤ ਹੈ ਵੀ ਹੁਣ ਸਾਡੇ ਘਰ ਇੱਕ ਬੇਟਾ ਪੈਦਾ ਹੋਵੇ ਤੇ ਉਹ ਵੀ ਸਮਾਂ ਆ ਗਿਆ। ਤਲਵੰਡੀ ਦੀ ਹੀ ਰਹਿਣ ਵਾਲੀ ਦੌਲਤਾਂ ਦਾਈ ਜਿਹੜੀ ਕਿ ਇਕਬਾਲ ਖਾਂ ਦੀ ਬੇਟੀ ਹੈ ਤੇ ਇੱਥੇ ਤਲਵੰਡੀ ਦੇ ਵਿੱਚ ਵਿਆਹੀ ਹੋਈ ਹੈ, ਉਹ ਦੌਲਤਾਂ ਦਾਈ ਮਾਤਾ ਤ੍ਰਿਪਤਾ ਜੀ ਦੀ ਦੇਖ ਰੇਖ, ਜਿਵੇਂ ਅੱਜ ਨਰਸਾਂ ਜਾਂ ਡਾਕਟਰਨੀਆਂ ਇਵੇਂ ਪੁਰਾਣੇ ਸਮੇਂ ਵਿੱਚ ਦਾਈਆਂ ਹੁੰਦੀਆਂ ਸਨ, ਅੱਜ ਵੀ ਹਨ, ਉਹ ਦੇਖਭਾਲ ਚੈੱਕਅਪ ਕਰਨ ਵਾਸਤੇ ਆਉਂਦੀ ਹੈ ਤੇ ਜਦੋਂ ਵੀ ਆਉਂਦੀ ਹੈ ਤੇ ਮਹਿਤਾ ਕਾਲੂ ਜੀ ਨੂੰ ਇੱਕ ਗੱਲ ਕਹਿੰਦੀ ਹੈ ਕਿ ਮਹਿਤਾ ਤੂੰ ਰੱਜਦਾ ਪੁੱਜਦਾ ਸਰਦਾ ਪਰਿਵਾਰ ਹੈ ਤੇਰਾ, ਤੇਰੇ ਘਰ ਦੇ ਵਿੱਚ ਕੋਈ ਧਨ ਦੀ ਕਮੀ ਨਹੀਂ, ਅਨਾਜ ਦੀ ਕਮੀ ਨਹੀਂ, ਕੱਪੜੇ ਦੀ ਕਮੀ ਨਹੀਂ। ਮੈਂ ਤੇ ਲੋਕਾਂ ਦੇ ਘਰਾਂ ਵਿੱਚ ਜਾਂਦੀ ਹਾਂ ਇਹੋ ਜਿਹੇ ਸਮਿਆਂ ਦੇ ਦੌਰਾਨ ਸਾਰੇ ਲੋਕ ਆਪਣੇ ਘਰ ਵਿੱਚ ਖੁਸ਼ੀ ਮਨਾਉਂਦੇ ਨੇ ਜਦੋਂ ਪਰਮਾਤਮਾ ਉਹਨਾਂ ਨੂੰ ਦਾਤ ਦਿੰਦਾ ਹੈ, ਸਾਰੇ ਖੁਸ਼ੀ ਮਨਾਉਂਦੇ ਨੇ ਪਰ ਮੈਨੂੰ ਕੋਈ ਖੁਸ਼ ਕਰਕੇ ਨਹੀਂ ਤੋਰਦਾ, ਮੇਰੇ ਵੇਲੇ ਮੁੱਠ ਘੁੱਟ ਲੈਂਦੇ ਨੇ ਮੈਨੂੰ ਖੁਸ਼ ਕਰਕੇ ਨਹੀਂ ਤੋਰਦੇ। ਮੈਂ ਤਾਂ ਜਦੋਂ ਤੇਰੇ ਘਰ ਖੁਸ਼ੀ ਆਈ ਨਾ ਮੈਂ ਤੇਰੇ ਘਰੋਂ ਖੁਸ਼ ਹੋ ਕੇ ਜਾਣਾ ਹੈ। ਮੈਂ ਤਾਂ ਕਾਲੂ ਜੀ ਨੇ ਵੀ ਹਰ ਵਾਰੀ ਦੌਲਤਾਂ ਦਾਈ ਨੂੰ ਕਹਿਣਾ ਵੀ ਦੌਲਤਾਂ ਤੂੰ ਫਿਕਰ ਨਾ ਕਰ, ਜਿੰਨੀ ਦੇਰ ਤੱਕ ਤੂੰ ਨਹੀਂ ਖੁਸ਼ ਹੋਵੇਂਗੀ ਉਨੀ ਦੇਰ ਤੱਕ ਮੈਂ ਦਿੰਦਾ ਹੀ ਰਹਾਂਗਾ। ਉਹ ਸੁਭਾਗਾ ਸਮਾਂ ਵੀ ਆਇਆ 15 ਅਪ੍ਰੈਲ ਸੰਨ 1469 ਦਾ। ਮੈਂ ਤਾਂ ਕਾਲੂ ਜੀ ਨੇ ਸੁਨੇਹਾ ਭੇਜਿਆ ਤੇ ਦੌਲਤਾਂ ਦਾਈ ਚਾਈ ਚਾਈ ਦੇ ਨਾਲ ਆਈ ਹੈ, ਜਿਸ ਕਮਰੇ ਦੇ ਵਿੱਚ ਮਾਤਾ ਤ੍ਰਿਪਤਾ ਜੀ ਹੈ ਉੱਥੇ ਗਈ ਹੈ। ਉਹ ਸਾਰੀ ਕਿਰਿਆ ਹੋਈ, ਕਿਰਿਆ ਹੋਣ ਤੋਂ ਬਾਅਦ ਜਦੋਂ ਦੌਲਤਾਂ ਦਾਈ ਉਸ ਕਮਰੇ ਤੋਂ ਬਾਹਰ ਨਿਕਲਦੀ ਹੈ, ਭਾਵੇਂ ਕਿ ਮਹਿਤਾ ਕਾਲੂ ਜੀ ਨੂੰ ਇਸ ਦੀ ਖਬਰ ਲੱਗ ਚੁੱਕੀ ਸੀ ਵੀ ਘਰ ਦੇ ਵਿੱਚ ਬੇਟੇ ਦਾ ਜਨਮ ਹੋਇਆ ਹੈ, ਤੇ ਦੌਲਤਾਂ ਦਾਈ ਮਹਿਤਾ ਕਾਲੂ ਜੀ ਨੂੰ ਵਧਾਈ ਦਿੰਦੀ ਹੈ ਕਿ ਮਹਿਤਾ ਤੈਨੂੰ ਵਧਾਈ ਹੋਵੇ। ਬਸ ਇੰਨੇ ਕੁ ਲਫ਼ਜ਼ ਕਹਿਣ ਦੀ ਦੇਰ ਸੀ ਉਹਦਾ ਗਲਾ ਜਿਹੜਾ ਸੀ ਨਾ ਉਹ ਭਰ ਗਿਆ। ਮਹਿਤਾ ਕਾਲੂ ਜੀ ਕੁਝ ਹੈਰਾਨ ਹੋਏ, ਪਰੇਸ਼ਾਨ ਹੋਏ, ਦੌਲਤਾਂ ਦਾਈ ਨੂੰ ਪੁੱਛਦੇ ਆ ਵੀ ਦੌਲਤਾਂ ਅੰਦਰ ਸਭ ਕੁਝ ਠੀਕ ਤੇ ਹੈ ਨਾ? ਦੌਲਤਾਂ ਦਾਈ ਸੰਭਲਦੀ ਹੈ, ਮੁੜ ਮਹਿਤਾ ਕਾਲੂ ਨੂੰ ਵਧਾਈ ਦਿੰਦੀ ਹੈ, ਹਾਂ ਮਹਿਤਾ ਸਭ ਕੁਝ ਠੀਕ ਆ, ਤੈਨੂੰ ਵਧਾਈ ਹੋਵੇ ਤੇਰੇ ਘਰ ਪੁੱਤਰ ਨੇ ਜਨਮ ਲਿਆ ਹੈ। ਹੁਣ ਮਹਿਤਾ ਕਾਲੂ ਨੇ ਇੱਕ ਪਾਸੇ ਅਨਾਜ ਦੀ ਢੇਰੀ ਰੱਖੀ ਹੋਈ ਹੈ
ਦੂਸਰੇ ਪਾਸੇ ਕੱਪੜਿਆਂ ਦਾ ਢੇਰ ਲਾਇਆ ਹੋਇਆ ਹੈ ਤੇ ਇੱਕ ਥਾਲ ਦੇ ਵਿੱਚ ਕੁਝ ਦੌਲਤ ਧਨ ਪਦਾਰਥ ਉਹ ਰੱਖ ਕੇ ਜਦੋਂ ਦੌਲਤਾ ਦਾਈ ਦੇ ਅੱਗੇ ਰੱਖਿਆ ਤੇ ਦੌਲਤਾ ਦਾਈ ਨੇ ਆਪਣੇ ਹੱਥ ਦੇ ਨਾਲ ਉਹ ਥਾਲ ਪਰੇ ਕਰ ਦਿੱਤਾ। ਮਹਿਤਾ ਕਾਲੂ ਜੀ ਨੂੰ ਲੱਗਿਆ ਵੀ ਸ਼ਾਇਦ ਇਹਨੂੰ ਧਨ ਘੱਟ ਲੱਗਦਾ ਹੋਵੇਗਾ। ਕਹਿਣ ਲੱਗੇ ਵੀ ਦੌਲਤਾ ਫਿਕਰ ਨਾ ਕਰ, ਆ ਦਾਣਿਆਂ ਦੀ ਢੇਰੀ ਤੇਰੇ ਵਾਸਤੇ ਲਾਈ ਹੈ, ਨੌਕਰ ਦੇ ਹੱਥ ਤੇਰੇ ਘਰ ਪਹੁੰਚਾ ਦੇਵਾਂਗਾ। ਦੂਜੀ ਗੱਲ, ਜਿਹੜੇ ਕੱਪੜੇ ਨੇ ਇਹ ਤੇਰੇ ਵਾਸਤੇ ਕੱਢ ਕੇ ਰੱਖੇ ਨੇ, ਜਿਹੜੇ ਜਿਹੜੇ ਤੈਨੂੰ ਪਸੰਦ ਨੇ ਤੂੰ ਉਹ ਕੱਪੜੇ ਲੈ ਜਾ। ਆ ਇੰਨੀ ਕੁ ਦੌਲਤ ਰੱਖ, ਧਨ ਰੱਖ, ਤੈਨੂੰ ਹੋਰ ਵੀ ਦੇਵਾਂਗਾ, ਖੁਸ਼ ਹੋ ਕੇ ਭੇਜਾਂਗਾ। ਤੇ ਦੌਲਤਾ ਦਾਈ ਨੇ ਉਸੇ ਵਕਤ ਮਹਿਤਾ ਕਾਲੂ ਜੀ ਨੂੰ ਆਖਿਆ, ਕਹਿਣ ਲੱਗੇ ਕਾਲੂ ਮੈਂ ਤੇ ਰੱਜ ਗਏ, ਮੈਂ ਤੇ ਨਿਹਾਲ ਹੋ ਸੀ, ਮੈਨੂੰ ਹੁਣ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ, ਮੈਂ ਰੱਜ ਗਈ ਹਾਂ। ਮਹਿਤਾ ਕਾਲੂ ਹੈਰਾਨ ਹੋ ਕੇ ਪੁੱਛਣ ਲੱਗੇ, ਕਹਿਣ ਲੱਗੇ ਦੌਲਤਾਂ ਘਰ ਦਾ ਮੁਖੀਆ ਤੇ ਮੈਂ, ਧਨ ਪਦਾਰਥ ਮੈਂ ਤੈਨੂੰ ਦੇਣਾ ਸੀ, ਖੁਸ਼ ਤੇ ਮੈਂ ਕਰਨਾ ਸੀ, ਤੈਨੂੰ ਕਿਹਨੇ ਖੁਸ਼ ਕਰ ਦਿੱਤਾ? ਤੇ ਦੌਲਤਾ ਦਾਈ ਕਹਿੰਦੀ, ਕਹਿਣ ਲੱਗੀ ਮਹਿਤਾ ਮੈਂ ਕਈਆਂ ਦੇ ਘਰਾਂ ਵਿੱਚ ਜਾਂਦੀ ਹਾਂ, ਬੱਚੇ ਪੈਦਾ ਹੁੰਦੇ ਨੇ, ਪੈਦਾ ਹੁੰਦਿਆਂ ਰੋਂਦੇ ਨੇ, ਤਿਲਕਾਰੀ ਮਾਰਦੇ ਨੇ, ਪਰ ਤੇਰੇ ਪੁੱਤਰ ਨੇ ਜਿਹੜਾ ਘਰ ਵਿੱਚ ਤੇਰੇ ਜਨਮ ਲਿਆ ਹੈ ਉਹ ਮੈਨੂੰ ਮੁਸਕਰਾ ਕੇ ਮਿਲਿਆ, ਉਹਦੀ ਸਪਰਸ਼ ਨੇ ਮੈਨੂੰ ਅੰਦਰੋਂ ਹਿਲਾ ਦਿੱਤਾ, ਮੈਨੂੰ ਅੰਦਰੋਂ ਤ੍ਰਿਪਤ ਕਰ ਦਿੱਤਾ। ਹਮੇਸ਼ਾ ਰੱਬ ਦੇ ਅੱਗੇ ਉਲਾਮਾ ਰੱਖਦੀ ਸੀ, ਮਾਪਿਆਂ ਨੇ ਨਾਮ ਦੌਲਤਾਂ ਰੱਖਿਆ ਪਰ ਘਰ ਦੇ ਵਿੱਚ ਕੋਈ ਦੌਲਤ ਨਹੀਂ ਸੀ, ਪਰ ਅੱਜ ਮੈਂ ਅੰਦਰੋਂ ਤ੍ਰਿਪਤ ਹੋ ਗਈ, ਮੈਨੂੰ ਸੰਤੋਖ ਦੀ ਦਾਤ ਪ੍ਰਾਪਤ ਹੋ ਗਈ, ਮੈਂ ਨਿਹਾਲ ਹੋ ਸੀ, ਹੁਣ ਮੈਨੂੰ ਆ ਦੁਨਿਆਵੀ ਪਦਾਰਥਾਂ ਦਾ ਆ ਧਨ ਦੌਲਤ ਦੀ ਕੋਈ ਲੋੜ ਨਹੀਂ ਹੈ। ਤਾਈਓ ਸਤਿਗੁਰੂ ਜੀ ਕਹਿੰਦੇ ਨੇ ਮੈਂ ਮੂਰਖ ਕੀ ਚੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗੁਰਵਾਸ ਨਾ ਭਰਿਆ ਰੇ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖ ਲਿਆ, ਸੁਣ ਲਿਆ ਸਤਿਗੁਰੂ ਜੀ ਦੇ ਬੋਲਾਂ ਨੂੰ, ਸੱਚ ਜਾਣਿਓ ਉਹਦਾ ਜਨਮ ਮਰਨ ਜਿਹੜਾ ਸੀ ਨਾ ਉਹ ਕੱਟਿਆ ਗਿਆ, ਜਨਮ ਮਰਨ ਦਾ ਗੇੜ ਖਤਮ ਹੋ ਗਿਆ।